ਸਵਾਗਤ ਕੀਤਾ ਜਾਂਦਾ ਜੀ ਤੁਹਾਡੇ ਆਪਣੇ ਚੈਨਲ ਐਗਜ਼ਾਮ ਸਟੱਡੀ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਬਹੁਤ ਹੀ ਮਹੱਤਵਪੂਰਨ ਟੌਪਿਕ FIR ਦੀ, ਜਿਹੜਾ ਕਿ ਮਾਸਟਰ ਕੇਡਰ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅੱਜ ਆਪਾਂ ਦੇਖਾਂਗੇ ਵੀ ਇਸ ਟੌਪਿਕ ਦੇ ਵਿੱਚੋਂ ਕਿਹੜੇ ਕਿਹੜੇ ਪ੍ਰਸ਼ਨ ਨੇਗੇ ਜਿਹੜੇ ਉਹ ਬਣ ਸਕਦੇ ਨੇ, ਅੱਜ ਆਪਾਂ ਉਹਨਾਂ ਦੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ। ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ। FIR FIR ਦਾ ਮੀਨਿੰਗ ਹੈ ਜੀ ਫਸਟ ਇਨਫੋਰਮੇਸ਼ਨ ਰਿਪੋਰਟ, ਪੰਜਾਬੀ ਦੇ ਵਿੱਚ ਇਹਨੂੰ ਕਿਹਾ ਜਾਂਦਾ ਵਾ ਵੀ ਪਹਿਲੀ ਸੂਚਨਾ ਰਿਪੋਰਟ। ਅੱਜ ਆਪਾਂ ਦੇਖਾਂਗੇ ਵੀ ਜਿਹੜੀ FIR ਆ ਗਈ ਉਹ ਕੌਣ ਦੇ ਸਕਦਾ, ਕਿੱਥੇ ਦੇ ਸਕਦਾ ਅਤੇ ਕਦੋਂ ਦੇ ਸਕਦਾ। ਜੇਕਰ ਗੱਲ ਕੀਤੀ ਜਾਵੇ ਵੀ FIR ਕੌਣ ਦੇ ਸਕਦਾ ਵਾ, ਤਾਂ ਉਹਦੇ ਵਿੱਚ ਜਿਹੜਾ ਭਾਰਤ ਦਾ ਹਰੇਕ ਨਾਗਰਿਕ ਆ ਜੀ ਉਹ FIR ਦੇ ਸਕਦਾ ਵਾ ਜਾਂ FIR ਨੂੰ ਦਰਜ ਕਰਵਾ ਸਕਦਾ। ਜੇਕਰ ਦੇਖਿਆ ਜਾਵੇ ਵੀ FIR ਕਿਵੇਂ ਦਿੱਤੀ ਜਾਂਦੀ ਹੈ ਅਤੇ ਕਿੱਥੇ ਦਿੱਤੀ ਜਾਂਦੀ ਹੈ, ਤਾਂ ਆਪਾਂ ਇਸ ਨੂੰ ਤਿੰਨ ਪੁਆਇੰਟਾਂ ਦੇ ਵਿੱਚ ਯਾਦ ਕਰਾਂਗੇ ਜੀ। ਸਭ ਤੋਂ ਪਹਿਲੇ ਨੰਬਰ 'ਤੇ ਪੁਆਇੰਟ ਦੀ ਗੱਲ ਕਰਦੇ ਹਾਂ ਤਾਂ ਪਹਿਲੇ ਨੰਬਰ 'ਤੇ ਪੁਆਇੰਟ ਆਉਂਦਾ ਵਾ ਜੀ ਕਿਸੇ ਵੀ ਦੁਰਘਟਨਾ ਹੋਣ 'ਤੇ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ। ਇਸ ਦੇ ਵਿੱਚ ਕੀ ਆ ਗਿਆ ਵੀ ਜਿਹੜੀ ਕੋਈ ਵੀ ਦੁਰਘਟਨਾ ਹੋ ਜਾਂਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਇਨਫੋਰਮੇਸ਼ਨ ਦੇਵੋਗੇ, ਤਾਂ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਜਿਹੜੀ ਇਨਫੋਰਮੇਸ਼ਨ ਦੇਵੋਗੇ। ਨੰਬਰ 2 'ਤੇ ਗੱਲ ਆ ਜਾਂਦੀ ਹੈ ਜੀ, ਇਹ ਜਿਹੜੀ ਸੂਚਨਾ ਗੀ ਇਹ ਪੁਲਿਸ ਸਟੇਸ਼ਨ ਨੂੰ ਦੇਣੀ ਹੁੰਦੀ ਹੈ। ਇਸ ਦੇ ਵਿੱਚ ਇਹ ਆ ਜਾਂਦਾ ਵੀ ਜਿਹੜੀ ਤੁਹਾਡੇ ਨੇੜੇ ਦਾ ਜਾਂ ਤੁਹਾਡੇ ਸ਼ਹਿਰ ਨੂੰ ਜਾਂ ਤੁਹਾਡੇ ਪਿੰਡ ਨੂੰ ਕੋਈ ਵੀ ਆ ਜਿਹੜਾ ਪੁਲਿਸ ਸਟੇਸ਼ਨ ਲੱਗਦਾ ਵਾ, ਤਾਂ ਤੁਸੀਂ ਜਿਹੜੀ ਆ ਇਨਫੋਰਮੇਸ਼ਨ ਜਾਂ FIR ਹੈਗੀ ਉੱਥੇ ਹੀ ਦਰਜ ਕਰਵਾ ਸਕਦੇ ਹੋ ਜੀ। ਨੰਬਰ 3 'ਤੇ ਗੱਲ ਕਰੀਏ ਤਾਂ ਇਹਦੇ ਵਿੱਚ ਆ ਜਾਂਦਾ ਵਾ ਜੀ ਕੋਈ ਵੀ ਜਿਹੜੀ ਪੁਲਿਸ ਸਟੇਸ਼ਨ ਹੈਗਾ ਉਹ ਲਿਖਣ ਤੋਂ ਮਨਾ ਨਹੀਂ ਕਰ ਸਕਦਾ। ਇਸ ਦੇ ਵਿੱਚ ਇਹ ਆ ਜਾਂਦਾ ਵੀ ਜਿਹੜਾ ਕੋਈ ਵੀ ਪੁਲਿਸ ਸਟੇਸ਼ਨ ਹੈਗਾ ਤੁਹਾਡੀ FIR ਲਿਖਣ ਤੋਂ ਮਨਾ ਨਹੀਂ ਕਰ ਸਕਦਾ, ਉਹਨਾਂ ਨੂੰ ਇਹ ਜਿਹੜੀ FIR ਹੈਗੀ ਲਿਖਣੀ ਹੀ ਪਵੇਗੀ। ਇਹਦੇ ਵਿੱਚ ਇਹ ਆ ਜਾਂਦਾ ਜੀ ਜੇਕਰ ਤੁਹਾਡੀ ਪੁਲਿਸ ਸਟੇਸ਼ਨ ਵਾਲੇ ਨੇ FIR ਨਹੀਂ ਲਿਖੀ ਤਾਂ ਫਿਰ ਕੀ ਕੀਤਾ ਜਾ ਸਕਦਾ, ਇਸ ਦਾ ਕੋਈ ਨਾ ਕੋਈ ਤਾਂ ਹੱਲ ਹੋਣਾ ਚਾਹੀਦਾ। ਤਾਂ ਇਸ ਦੇ ਵਿੱਚ ਆਪਾਂ ਅੱਗੇ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ, ਦੇਖ ਦਿਆਂਗੇ ਵੀ ਜਿਹੜੀ FIR ਦੀ ਵਿਧੀ ਹੈਗੀ ਉਹ ਕਿਵੇਂ ਕੰਮ ਕਰਦੀ ਆ ਜਾਂ FIR ਕਿਵੇਂ ਦਰਜ ਕਰਵਾਈ ਜਾ ਸਕਦੀ ਆ, ਕਿੱਥੇ ਕਿੱਥੇ ਦਰਜ ਕਰਵਾਈ ਜਾ ਸਕਦੀ ਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ FIR ਦੀ ਵਿਧੀ ਦੀ ਜਾਂ FIR ਦਾ ਜਿਹੜਾ ਪ੍ਰੋਸੈਸ ਆ ਵੀ ਉਹ ਕਿੱਦਾਂ ਚੱਲਦਾ ਵਾ। ਤਾਂ ਇਹ ਦੋ ਤਰੀਕਿਆਂ ਨਾਲ ਚੱਲਦਾ ਹੁੰਦਾ ਜੀ, ਇੱਕ ਚੱਲਦਾ ਹੁੰਦਾ ਵਾ ਥੱਲੇ ਤੋਂ ਉੱਪਰ ਵੱਲ ਨੂੰ ਅਤੇ ਦੂਸਰਾ ਚੱਲਦਾ ਹੁੰਦਾ ਜੀ ਉੱਪਰ ਤੋਂ ਥੱਲੇ ਵੱਲ ਨੂੰ। ਇਹਦੇ ਵਿੱਚ ਕੀ ਆ ਜਾਂਦਾ ਜਿਹੜੀ ਪਹਿਲੀ ਤੁਸੀਂ ਜਿਹੜੀ ਰਿਪੋਰਟ ਦੇਵੋਗੇ ਉਹ ਕਿੱਥੇ ਦੇਵੋਗੇ, ਪੁਲਿਸ ਸਟੇਸ਼ਨ ਦੇ ਵਿੱਚ। ਜੇਕਰ ਪੁਲਿਸ ਸਟੇਸ਼ਨ ਵਾਲੇ ਤੁਹਾਡੀ ਰਿਪੋਰਟ ਲਿਖਣ ਤੋਂ ਮਨਾ ਕਰਦੇ ਨੇ ਫਿਰ ਤੁਸੀਂ ਕਿਹਦੇ ਕੋਲ ਜਾ ਸਕਦੇ ਹੋ, ਫਿਰ ਤੁਸੀਂ ਇਸ ਤੋਂ ਇੱਕ ਸਟੇਪ ਅੱਗੇ ਜਾ ਕੇ SHO ਕੋਲ ਜਿਹੜੀ ਹੈਗੀ ਰਿਪੋਰਟ ਦਰਜ ਕਰਵਾ ਸਕਦੇ ਹੋ। ਜੇਕਰ SHO ਵੀ ਤੁਹਾਡੀ FIR ਨਹੀਂ ਦਰਜ ਕਰਦਾ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ, ਫਿਰ ਇਸ ਦੇ ਵਿੱਚ ਤੁਹਾਡੇ ਕੋਲ ਤੀਸਰਾ ਆਪਸ਼ਨ ਮਿਲ ਜਾਂਦਾ ਤੁਹਾਨੂੰ DSP ਦੇ ਕੋਲ, ਜਿਹੜੀ ਹੈਗੀ ਤੁਸੀਂ FIR ਦਰਜ ਕਰਵਾ ਸਕਦੇ ਹੋ। ਮੰਨ ਲਓ ਜੇਕਰ ਤੁਹਾਡੀ DSP ਵੀ ਹੈਗਾ ਜਿਹੜਾ FIR ਨਹੀਂ ਲਿਖਦਾ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ, ਫਿਰ ਤੁਹਾਡੇ ਕੋਲ ਇੱਕ ਹੋਰ ਆਪਸ਼ਨ ਮਿਲ ਜਾਂਦੀ ਹੈ ਜੀ, ਤੁਹਾਨੂੰ ਤੁਸੀਂ ਸਿੱਧੇ ਜਾ ਕੇ SSP ਨੂੰ ਵੀ ਜਿਹੜੀ ਹੈਗੀ FIR ਦਰਜ ਕਰਵਾ ਸਕਦੇ ਹੋ। ਇੱਥੇ ਇਹ ਗੱਲ ਆ ਜਾਂਦੀ ਹੈ ਜੇਕਰ SSP ਵੀ ਤੁਹਾਡੀ ਜਿਹੜੀ ਹੈਗੀ FIR ਨਹੀਂ ਦਰਜ ਕਰਦਾ ਫਿਰ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਰਾਜ ਜਾਂ ਕਿਸੇ ਦੇਸ਼ ਦੇ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਰਿਪੋਰਟ ਜਿਹੜੀ ਹੈਗੀ ਦਰਜ ਕਰਵਾ ਸਕਦੇ ਹੋ। ਮੰਨ ਲਓ ਪੰਜਾਬ ਵਾਲੇ ਜਿਹੜੇ ਨੇਗੇ ਉਹ ਹਰਿਆਣੇ ਦੇ ਵਿੱਚ ਜਾ ਕੇ ਵੀ ਜਿਹੜੀ FIR ਦਰਜ ਕਰਵਾ ਸਕਦੇ ਨੇ। ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ, ਤੁਸੀਂ ਮੰਨ ਲਓ ਦਿੱਲੀ ਗਏ, ਦਿੱਲੀ ਤੁਸੀਂ ਆਪਣੀ ਗੱਡੀ ਨਾਲ ਲੈ ਕੇ ਗਏ, ਗੱਡੀ ਜੇਕਰ ਤੁਹਾਡੀ ਦਿੱਲੀ ਰਾਹ 'ਚ ਜਾਂਦੇ ਨੂੰ ਕਿਸੇ ਜਗ੍ਹਾ ਦੇ ਉੱਤੇ ਚੋਰੀ ਹੋ ਜਾਵੇ ਤਾਂ ਤੁਸੀਂ ਜਿੱਥੇ ਤੁਹਾਡੀ ਗੱਡੀ ਦੀ ਚੋਰੀ ਹੋਈ ਆ ਤਾਂ ਤੁਸੀਂ ਉੱਥੇ ਵੀ ਜਿਹੜੀ ਆ ਰਿਪੋਰਟ ਦਰਜ ਕਰਵਾ ਸਕਦੇ ਹੋ। ਰਿਪੋਰਟ ਕਿਹੜੀ ਕਿਹੜੀ ਦਰਜ ਕਰਵਾ ਸਕਦੇ, ਜਿਵੇਂ ਗੱਡੀ ਚੋਰੀ ਹੋ ਗਿਆ, ਕਿਸੇ ਨੇ ਕੁੱਟਮਾਰ ਕਰ ਦਿੱਤੀ, ਕਿਸੇ ਨੇ ਕੋਈ ਕਤਲ ਕਰ ਦਿੱਤਾ, ਇੱਦਾਂ ਕਿਸੇ ਵੀ ਜਿਹੜਾ ਸੀਰੀਅਸ ਮੈਟਰ ਆ ਗਈ ਉਹਦੀ ਤੁਸੀਂ FIR ਦਰਜ ਕਰਵਾ ਸਕਦੇ ਹੋਗੇ। ਇੱਥੇ ਇਹ ਗੱਲ ਆ ਜਾਂਦੀ ਹੈ ਕਿ ਜੇਕਰ ਭਾਰਤ ਦਾ ਕੋਈ ਵੀ ਰਾਜ ਤੁਹਾਡੀ FIR ਨਹੀਂ ਦਰਜ ਕਰਦਾ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ, ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ, ਫਿਰ ਤੁਸੀਂ ਉੱਚ ਅਦਾਲਤ ਅਤੇ ਸਰਵਉੱਚ ਅਦਾਲਤ ਕੋਲ ਜਾ ਸਕਦੇ ਹੋ। ਉੱਚ ਅਦਾਲਤ ਅਤੇ ਸਰਵਉੱਚ ਅਦਾਲਤ ਨੂੰ ਵਿਸ਼ੇਸ਼ ਅਧਿਕਾਰ ਨੇ ਕਿ ਉਹ ਤੁਹਾਡੀ FIR ਲਿਖ ਸਕਦੇ ਨੇ ਅਤੇ ਉਸ ਦੀ ਕਾਰਵਾਈ ਵੀ ਕਰ ਸਕਦੀ ਹੈ। ਇਹ ਵਿਧੀ ਸੀਗੀ ਜੀ ਹੇਠਾਂ ਤੋਂ ਉੱਪਰ ਵੱਲ ਜਾਣ ਨੂੰ। ਹੁਣ ਆਪਾਂ ਦੇਖਦੇ ਹਾਂ ਵੀ ਉੱਪਰ ਤੋਂ ਹੇਠਾਂ ਵੱਲ ਨੂੰ ਕਿਵੇਂ ਆਉਂਦੀ ਹੈਗੀ। ਦੇਖੋ ਇਹਨੂੰ ਸਮਝਣ ਦੇ ਲਈ ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਹੈਗੀ, ਜਮ੍ਹਾਂ ਸਿੰਪਲ ਟੌਪਿਕ ਹੈਗਾ ਇਹ। ਜਿਹੜੀ ਉੱਚ ਅਦਾਲਤ ਆ ਉਹ ਤੁਹਾਡੀ ਜਿਹੜੀ FIR ਦੀ ਹੈਗੀ ਜਿਹੜੀ ਉਹ ਪੈਰਵੀ ਕਰ ਸਕਦੀ ਹੈਗੀ। ਅਦਾਲਤ ਆ ਜਿਹੜੀ ਉਹ ਰਾਜ ਨੂੰ ਹਦਾਇਤਾਂ ਜਾਰੀ ਕਰੂਗੀ ਅਤੇ ਅੱਗੋਂ ਰਾਜ ਕੀ ਕਰੂਗਾ SSP ਕੋਲ ਰਿਪੋਰਟ ਭੇਜੂਗਾ, ਜਿਹੜਾ SSP ਆ ਉਹ ਅੱਗੇ DSP ਨੂੰ ਰਿਪੋਰਟ ਭੇਜੂ, ਜਿਹੜਾ DSP ਆ ਉਹ ਅੱਗੇ SHO ਨੂੰ ਰਿਪੋਰਟ ਭੇਜੂਗਾ ਅਤੇ ਜਿਹੜਾ SHO ਆ ਉਹ ਅੱਗੇ ਪੁਲਿਸ ਸਟੇਸ਼ਨ ਨੂੰ ਰਿਪੋਰਟ ਭੇਜੂਗਾ। ਤਾਂ ਜਿਹੜੀ ਤੁਹਾਡੀ FIR ਦੀ ਜਿਹੜੀ ਬਣਦੀ ਕਾਰਵਾਈ ਹੋਊਗੀ ਉਹ ਜਿਹੜੀ ਪੁਲਿਸ ਸਟੇਸ਼ਨ ਵਾਲਿਆਂ ਨੂੰ ਕਰਨੀ ਪਊਗੀ।
ਇੱਦਾਂ ਦਾ ਤਾਂ ਕੋਈ ਅੱਜ ਤੱਕ ਕੇਸ ਆਇਆ ਨਹੀਂ ਗਾ ਵੀ ਜਿਹਨੇ ਸਿੱਧੀ ਉੱਚ ਅਦਾਲਤ ਅਤੇ ਸਰਵਉੱਚ ਅਦਾਲਤ ਦੇ ਵਿੱਚ ਜਿਹੜੀ ਹੈਗੀ FIR ਦਰਜ ਕਰਵਾਈ ਹੋਵੇ, ਕਿਉਂਕਿ ਇੱਦਾਂ ਦੀ ਕੋਈ ਨੌਬਤ ਆਉਂਦੀ ਨਹੀਂ ਹੈਗੀ। ਜਿਹੜੇ ਨੇਗੇ ਥੱਲੇ ਵਾਲੇ ਅਧਿਕਾਰੀ ਨੇਗੇ ਉਹ ਜਿਹੜੀ ਹੈਗੀ FIR ਦਰਜ ਕਰ ਲੈਂਦੇ ਨੇਗੇ। ਕਈ ਕੇਸਾਂ ਦੇ ਵਿੱਚ ਦੇਖਿਆ ਜਾਂਦਾ ਵਾ ਵੀ ਜਿਹੜੇ ਪੁਲਿਸ ਵਾਲੇ ਨੇਗੇ ਉਹ ਰਿਪੋਰਟ ਲਿਖਣ ਤੋਂ ਮਨ੍ਹਾ ਕਰ ਦਿੰਦੇ ਨੇਗੇ, ਤਾਂ ਫਿਰ ਕੀ ਹੁੰਦਾ, ਬੰਦੇ ਨੇ FIR ਦਰਜ ਕਰਵਾਉਣੀ ਹੁੰਦੀ ਆ, ਉਹ ਤਾਂ ਉਹ ਸਿੱਧਾ ਜਾ ਕੇ SSP ਕੋਲ ਜਾਂ DSP ਕੋਲ ਵੀ ਜਿਹੜੀ ਹੈਗੀ ਰਿਪੋਰਟ ਦਰਜ ਕਰਵਾ ਦਿੰਦੇ ਨੇਗੇ। ਦੇਖੋ ਇਹਦੇ ਵਿੱਚ ਪ੍ਰਸ਼ਨ ਇਦਾਂ ਦੇ ਬਣਨਗੇ ਵੀ ਜੇਕਰ ਤੁਹਾਡੀ FIR ਪੁਲਿਸ ਸਟੇਸ਼ਨ ਵਾਲੇ ਨਹੀਂ ਲਿਖਦੇ ਤਾਂ ਫਿਰ ਤੁਸੀਂ FIR ਕਿੱਥੇ ਲਿਖਾ ਸਕਦੇ ਹੋ, ਜਾਂ ਕਿਹੜੇ ਕਿਹੜੇ ਆਪਸ਼ਨ ਤੁਹਾਡੇ ਕੋਲ ਬਚ ਜਾਂਦੇ ਨੇ ਵੀ FIR ਲਿਖਾਉਣ ਨੂੰ। ਇੱਦਾਂ ਦੇ ਪ੍ਰਸ਼ਨ ਨੇਗੇ ਜਿਹੜੇ ਐਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ FIR ਟੌਪਿਕ ਦੇ ਨਾਲ ਰਿਲੇਟਡ। ਕੋਈ ਜ਼ਿਆਦਾ ਡੂੰਘੇ ਜਾਂ ਡੀਪਲੀ ਕੁਐਸਚਨ ਨੇਗੇ ਜਿਹੜੇ ਉਹ FIR ਟੌਪਿਕ ਦੇ ਵਿੱਚੋਂ ਨਹੀਂ ਪੁੱਛੇ ਜਾਂਦੇ, ਇਸ ਲਈ ਇਹ ਪੁਆਇੰਟਾਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਯਾਦ ਰੱਖਣਾ। ਇਹ ਸੀਗਾ ਜੀ ਅੱਜ ਦਾ FIR ਟੌਪਿਕ ਅਤੇ ਇਸ ਦੀ ਡਿਟੇਲ। ਉਮੀਦ ਕਰਦਾ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਣੀ ਹੈ। ਜੇਕਰ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਅਤੇ ਇੱਦਾਂ ਦੀ ਹੀ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।